ਹਾਂਜੀ ਸ਼ਰਦ ਹਾਂਜੀ ਸਮਾਨ ਭੇਜਦਾ ਕਾਲ ਲਾਈ ਹਾਂਜੀ ਚਲੋ ਤੇ ਇਹ ਜਿਹੜਾ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਭਾਈ ਜਾਨ ਕੋਰੀਅਰ ਸਰਵਿਸ ਤੋਂ ਗੱਲ ਕਰ ਰਹਾ ਹਾਂ ਨਾ ਹਾਂਜੀ ਹਾਂਜੀ ਭਾਜੀ ਕੋਰੀਅਰ ਸਰਵਿਸ ਤੋਂ ਗੱਲ ਕਰ ਰਿਹਾ ਭਾਈ ਜਾਨ ਸਮਾਨ ਥੋੜਾ ਜਿਹਾ ਭੇਜਣਾ ਹੈ ਬਾਹਰ ਹਾਂਜੀ ਵਜ਼ਨ ਕਿੰਨਾ ਸਰ ਭਾਈ ਜਾਨ ਤੋਲਿਆ ਤਾਂ ਨਹੀਂ ਹੈਗਾ ਲੇਕਿਨ 100 ਕਿਲੋ ਹੋ ਜਾਣਾ ਮੇਰਾ ਖਿਆਲ ਆ ਲੇ ਵੀ ਸਾਮੀ ਤੇ ਚੰਗੀ ਆ ਇਹਨੂੰ 12 ਬਾਰ ਹੀ ਮਿਲਣਾ ਪੈਣਾ ਭਾਈ ਜਾਨ ਰੇਟ ਭਲਾ ਕੀ ਚੱਲ ਰਿਹਾ ਹੈ ਅੱਜਕੱਲ ਮੈਂ ਤੁਹਾਨੂੰ ਇੱਕ مشਵਰਾ ਦਵਾਂ ਜਨਾਬ ਤੁਸੀਂ ਜਿਉਂ ਇੱਥੇ ਆਣ ਕੇ 500 ਰੁਪਏ ਕਿਲੋ ਭਰਨਾ ਹੈ ਇਹੀ ਅਗਰ ਤੁਹਾਡਾ ਸਮਾਨ ਮੈਂ ਬਾਰੋਂ ਬਾਰ 300 ਰੁਪਏ ਕਿਲੋ ਵੇਚ ਦਵਾਂ ਤੇ 200 ਰੁਪਏ ਸਰ ਬਚਦਾ ਹੈ ਕਿਲੋ ਮਗਰ ਤੁਹਾਨੂੰ ਮੈਂ ਸ਼ਾਮ ਨੂੰ ਫੋਨ ਕਰਦਾ ਤੇ ਤੁਸੀਂ ਮੈਨੂੰ ਪਿੰਡ ਹੀ ਆ ਕੇ ਮਿਲ ਲਵੋ ਮੈਂ ਉੱਥੇ ਹੀ ਤੁਹਾਡਾ ਸਮਾਨ ਬਾਰੋਂ ਬਾਰ ਹੀ ਬਾਹਰ ਵੇਚ ਦਿਆਂਗਾ ਚਲੋ ਠੀਕ ਹੈ ਜੀ ਜਿੱਦਾਂ ਤੁਸੀਂ ਕਹਿੰਨੇ ਆ ਆ ਜਾਣਾ ਜੀ ਪਿੰਡ ਮੈਂ ਹਾਂਜੀ ਓਕੇ ਗੱਲ ਮੇਰੀ ਸੁਣ ਲੈ ਪਾਰਟੀ ਆ ਰਹੀ ਹੈ ਤਕੜੀ ਤੇ ਉਹ ਦਾ ਸਾਹਮਣੇ ਨਾ ਜਰਾ ਮੂੰਹ ਆਪਣਾ ਬੰਦ ਰੱਖਣਾ ਸਮਝ ਲੱਗੀ ਆ ਕਿ ਨਹੀਂ ਨਾਲੇ ਉਹਨਾਂ ਨੇ ਕਿ ਮੈਨੂੰ ਦੇਣਾ ਸੀਗਾ ਐਵੇਂ ਮੈਂ ਉੱਥੇ ਇਹਦਾ ਕੰਮ ਕਰਵਾ ਦਿੰਦਾ ਗੱਲ ਮੇਰੀ ਸੁਣ ਲੈ ਗਾਹਕ ਬੜਾ ਤਗੜਾ ਹੀ ਤੇ ਚੁੱਪ ਰਹਿਣਾ ਹੀ ਉੱਥੇ ਜਿਹੜੇ ਮਹੀਨੇ ਬਾਅਦ ਬਣਨੇ ਇੱਥੇ 2 ਮਹੀਨਿਆਂ ਦੇ ਬਣ ਜਾਣੇ ਆ ਹਾਂ ਚਿੰਜੀਆਂ ਗੁੱਬਲੇ ਬਾਰੇ ਪਪੇ ਆ ਕਰਾਕਾ ਬਾਈ ਖਮੋਸ਼ੀ ਅਸਲਾਮ ਵਾਲੇਕਮ ਜੀ ਵਾਲੇਕਮ ਅਸਲਾਮ ਜੀ ਅਸਲਾਮ ਵਾਲੇਕਮ ਜੀ ਕੀ ਹਾਲ ਚੱਲ ਹੈ ਜੀ ਮੁਜਾਹਿਦ ਸਾਹਿਬ ਨੂੰ ਮਿਲਣਾ ਜੀ ਆਜੋ ਬਿਸਮਿਲ੍ਲਾ ਭਾਜੀ ਮੁਜਾਹਿਦ ਸਾਹਿਬ ਇੱਧਰ ਬੈਠੇ ਹੋ ਹਾਂਜੀ 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 ਉਹ ਫੋਨ ਤੇ ਹਾਂਜੀ ਹਾਂਜੀ ਮਾਲ ਤੁਸੀਂ ਆਜੋ ਆਜੋ ਬਿਸਮਿਲ੍ਲਾ ਤਬ ਇਹ ਠੀਕ ਹੈ ਜੀ ਅੱਲਾ ਪਾਗ ਦਾ ਕਰਮ ਭਾਜੀ ਤੁਸੀਂ ਸੁਣਾਓ ਅੱਲਾ ਦਾ ਸ਼ੁਕਰ ਖਾਣਾ ਪੀਣਾ ਕੀ ਹੈ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਚਾਹੇ ਜਾਂ ਠੰਡਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਇਹ ਕੌਣ ਨੇ ਦੋਸੀ ਇਹ ਜੀ ਇੱਥੇ ਆਪਣੇ ਪਿੰਡ ਦਾ ਹੀ ਆ ਜੀ ਅੱਛਾ ਜੀ ਮਲੰਗ ਆ ਇਹ ਮਲੰਗ ਹਾਂ ਉਹ ਬਸ ਫਿਰ 150 ਲਾ ਦਿੱਤਾ ਨਾ ਫਿਰ ਆਪਣੇ ਨਾਲ ਨਾਲ ਹੀ ਅੱਛਾ 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 ਗੰਦੀ ਵੀ ਵੜਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਉਹ ਸਮਾਨ ਜੀ ਹੁਣ ਭੇਜਣਾ ਹੈ ਉਹ ਬਾਜੀ ਮੈਂ ਤੁਹਾਨੂੰ ਤੜੀ ਕਿਹਾ ਕਿ ਮੈਂ ਤੁਹਾਨੂੰ ਬਾਰੋਂ ਬਾਰ ਮਿਲ ਲੈਣਾ ਉੱਥੇ ਤੁਹਾਡਾ 500 ਰੁਪਏ ਦੇ ਹਿਸਾਬ ਨਾਲ ਜਾਣਾ ਕਿਲੋ ਦੇ ਹਿਸਾਬ ਨਾਲ ਹਾਂ ਮੈਂ ਤੁਹਾਡਾ ਪਾਰ ਭੇਜ ਜਾਣਾ 300 ਰੁਪਏ ਦੇ ਹਿਸਾਬ ਨਾਲ 200 ਰੁਪਏ ਬਾਈ ਦਾ 100 ਕਿਲੋ ਤੁਸੀਂ ਦੱਸੋ ਰੌਲਾ ਨਾ ਕੋਈ ਹੋ ਜਵੇ ਯਾਰ ਬਾਜੀ ਰੌਲਾ ਕੋਈ ਵੀ ਨਹੀਂਗਾ ਅਸੀਂ ਇੱਥੇ ਹੁਣ ਦੇ ਲੱਗੇ ਹਾਂ 30 ਸਾਲ ਹੋ ਗਏ ਮੈਨੂੰ ਇੱਥੇ ਜੌਬ ਕਰਦੇ ਆ ਨਹੀਂ ਉੱਥੇ ਵੀ ਸਮਾਨ ਤੁਸੀਂ ਭੇਜਦੇ ਹੋ ਉੱਥੇ ਵੀ ਮੈਂ ਹੀ ਭੇਜਦਾ ਨਾ ਬਾਜੀ ਮਾਲਕਾਂ ਨੇ ਤੇ ਸਿਰਫ ਕਹਿਣਾ ਹੀ ਆ ਕਿ ਆ ਸਮਾਨ ਜਾਣਾ ਵਾ ਬਾਹਰ ਹਾਂ ਤੇ ਮੈਂ ਉਹ ਲੈ ਰਾ ਭੇਜਣਾ ਮੈਂ ਹੀ ਆ ਅੱਗੇ ਗੱਲਬਾਤ ਤੁਹਾਡੀ ਅੱਗੇ ਸਾਰਾ ਨਿਜ਼ਾਮ ਮੇਰਾ ਹੀ ਹੈ ਜਹਾਜ਼ਾਂ ਜੂਜ਼ਾਂ ਵਾਲਿਆਂ ਨਾਲ ਭਾਜੀ ਮੈਂ ਹੀ ਜਹਾਜ਼ ਚ ਲੋਡ ਕਰਾਉਣਾ ਮੈਨੂੰ ਹੀ ਉਹਨਾਂ ਨੇ ਪਰਚੀ ਦੇਣੀ ਹੈ ਮੈਂ ਹੀ ਉੱਤੇ ਹਰ ਸ਼ੈਅ ਕਲੀਅਰ ਕਰਕੇ ਮੈਂ ਕਹਣਾ ਜੀ ਓਕੇ ਉਹਨਾਂ ਨੇ ਕਹਣਾ ਠੀਕ ਹੈ ਅੱਛਾ ਅੱਛਾ ਤੇ ਉਹ ਜਿਹੜੀ ਟਰੈਕਿੰਗ ਟ੍ਰੂਕਿੰਗ ਹੁੰਦੀ ਆ ਉਹਦਾ ਮੈਨੂੰ ਨੰਬਰ ਮਿਲ ਜਾਏਗਾ ਨਾ ਕਿ ਜੀ ਆ ਇਸ ਟਾਈਮ ਸਮਾਨ ਇੱਥੇ ਪਹੁੰਚ ਗਿਆ ਇਸ ਟਾਈਮ ਇੱਥੇ ਪਹੁੰਚੇ ਉਹ ਭਾਜੀ ਤੁਹਾਨੂੰ ਮਿੰਟ-ਮਿੰਟ ਦੀ ਰਿਪੋਰਟ ਪਹੁੰਚੀ ਜਾਣੀ ਲਾ ਤਾਂ ਫਿਰ ਤਾਂ ਠੀਕ ਹੈ ਬਸ ਯਾਰ ਉਹ ਨਾ ਨਾ ਹੋਵੇ 200 ਬਚਾਉਣ ਦੇ ਚੱਕਰ ਦੇ ਵਿੱਚ ਮੈਂ ਮਤਲਬ ਕਿ ਕੋ ਗੜਬੜ ਨਹੀਂ ਅੱਲਾ ਦੀ ਰਹਿਮਤ ਨਾ ਹੋਏਗੀ ਮੈਂ ਤੁਹਾਨੂੰ ਕਹਿ ਰਿਹਾ ਕਿ ਸਾਰਾ ਤੇ ਮੈਂ ਤੁਹਾਨੂੰ ਕਿਹਾ ਨਾ ਬਾਰ ਬਾਰ ਮਿਲ ਲਓ ਹਾਂਜੀ ਜਿਹੜਾ ਵੀ ਕੋਈ ਵਜ਼ਨ ਜ਼ਿਆਦਾ ਹੁੰਦਾ ਵਾ ਲੋਕ ਐਸੇ ਆ ਤੁਹਾਡਾ ਤੇ ਅੱਜ ਚੱਲਾ ਨਾ ਸਮਾਨ ਜਿਨ੍ਹਾਂ ਦਾ ਹਰ ਮਹੀਨੇ ਜਾਂਦਾ ਉਹ ਮੇਰੇ ਨਾਲ ਰਾਤਾ ਕਰਦੇ ਅੱਛਾ ਇੱਥੇ ਹੀ ਆਣ ਕੇ ਮਿਲ ਲੈਂਦੇ ਬੰਟੀ ਉੱਥੇ ਤੁਹਾਡੇ ਦਫ਼ਤਰ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਭਾਜੀ ਕਿੱਦਾਂ ਪਤਾ ਲੱਗਣਾ ਹਾਂ ਤੁਹਾਡਾ ਫਾਇਦਾ ਹੋਣ ਦੇ ਆ ਵੇਖੋ 200 ਰੁਪਏ ਦਾ ਕਿਲੋ ਮਗਰ ਤੁਸੀਂ ਕਿਹਾ 100 ਕਿਲੋ ਵਜ਼ਨ ਆ ਹਾਂ ਹਾਂਜੀ ਤੇ ਹੁਣ ਤੁਸੀਂ ਉਹ ਹਿਸਾਬ ਲਾ ਲਓ ਕਿ 100 ਕਿਲੋ ਦੇ ਵਿੱਚੋਂ ਤੁਹਾਨੂੰ ਕਿੰਨੇ ਪੈਸੇ ਬਚ ਗਏ ਤਾਨੂੰ 20000 ਰੁਪਏ ਸਿੱਧਾ ਸਿੱਧਾ ਆ ਗਿਆ ਹਾਂਜੀ 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 ਬਸ ਉਹ ਡਰੀ ਹੁੰਦਾ ਨਾ ਦਿਲ ਚਕੇ ਜੀ ਹੁਣ ਮੈਂ ਦੋਸ ਬਚਾਉਣ ਦੇ ਖਾਤਰ ਚ ਕਿਤੇ ਕੋਈ ਗੜਬੜ ਨਾ ਕਰ ਬੈਠਾ ਡਰਨਾ ਨਹੀਂ ਭਾਜੀ ਤੁਸੀਂ ਹਾਂਜੀ ਅੱਲਾ ਦੀ ਰਹਿਮਤ ਦੇ ਨਾਲ ਬਾਅਦ ਜਿੰਨਾ ਮਾਲ ਆਂਦਾ ਜਾਂਦਾ ਵਾ ਇਹ ਤੁਹਾਡੇ ਭਰਾ ਨੇ ਭੇਜਣਾ ਵਾ ਤੁਹਾਡੇ ਭਰਾ ਨੇ ਓਕੇ ਕਰਨਾ ਵਾ ਤੇ ਜਾਣਾ ਵਾ ਠੀਕ ਹੈ ਠੀਕ ਹੈ ਮਾਲਕਾ ਨੇ ਮੈਨੂੰ ਕਹਿ ਦੇਣਾ ਅੱਗਿਓ ਮੈਂ ਆ ਮੈਂ ਦਿਲ ਕਰੇ ਰਿਜੈਕਟ ਕਰਦੇ ਆ ਮੇਰਾ ਦਿਲ ਕਰੇ ਮੈਂ ਪਾਸ ਕਰਦੇ ਆ ਹੂੰ ਹਾਂ ਲੋ ਠੀਕ ਹੈ ਤੇ ਇਹ ਹੈ ਕਿ ਉਹ ਹੁਣ ਮੈਂ ਫਿਰ ਇਦਾਂ ਕਰੋ ਘਰ ਮੇਰੇ ਨਾਲ ਚਲੋ ਤੇ ਸਮਾਨ ਲੈ ਲਓ ਠੀਕ ਹੈ ਜੀ ਤੇ ਉਹ ਇਹ ਹੈ ਕਿ ਕਾਚੀ ਲੋਡ ਕਰੋਗੇ ਸਮਾਨ ਤੁਸੀਂ ਭਾਜੀ ਉਹ ਸਮਾਨ ਜਿਹੜਾ ਨਾ ਆਪਣਾ ਕਿੰਨਾ 100 ਕਿਲੋ ਵਜ਼ਨ ਨਹੀਂ ਤੋਲਣਾ ਪੈਣਾ ਤੇ ਉਹ ਮਹੀਨਾ ਕੇ ਪਹਿਲੇ ਤੁਹਾਡਾ ਅੰਦਾਜ਼ਾ ਹੋਵੇਗਾ ਕਿੰਨਾ ਮੇਰਾ ਅੰਦਾਜ਼ਾ ਹੈ ਕਿ ਮਤਲਬ ਕਿ ਖੋਤਾ 100 ਕਿਲੋ ਦਾ ਤਾਂ ਹੋਣਾ ਹੈ ਨਾ ਬਕਵਾਸ ਆਪਣੀ ਬੰਦ ਕਰ ਕੀ ਗਿਆ ਤੁਸੀਂ ਕੀ ਹੋਇਆ ਸਾਈ ਬੰਦ ਬਕਵਾਸ ਬੰਦ ਕੀ ਹੋਇਆ ਨਹੀਂ ਤੁਸੀਂ ਇਹ ਕੀ ਗਿਆ ਜੀ ਕੀ ਆ ਲਿਆਣਾ ਸਮਾਨ ਅਸਲ ਚ ਨਾ ਮੇਰੇ ਨਾਲ ਜਿਹੜਾ ਭਰਾ ਆ ਉਹਦਾ ਬੱਚਾ ਸਾਡੇ ਕੋਲ ਰਹਿ ਕੇ ਗਿਆ ਤੇ 3 ਕੁ ਮਹੀਨੇ। ਅੱਛਾ। ਛੁੱਟੀਆਂ ਗੁਜ਼ਾਰਨ ਆਏ ਸੀ ਉੱਥੇ ਅਮਰੀਕਾ 'ਚ ਛੁੱਟੀਆਂ ਹੋਈਆਂ ਸੀ ਨਾ। ਸਕੂਲਾਂ ਦੀਆਂ। ਹੂੰ। ਤੇ ਉਹ ਇੱਥੇ ਆਏ ਤੇ ਉਹ ਨਾ ਇੱਥੇ ਸਾਡੇ ਘਰ ਉੱਥੇ ਮੈਂ ਤਾਂ ਕਹ ਬੱਚਾ ਫਿਰਦਾ ਤੁਰਦਾ ਰਿਹਾ ਉਹਦੇ ਨਾਲ ਹੋ ਗਈ ਦਿਲ ਲੱਗੀ ਉਹਦੀ ਖੋਤੇ ਦੀ। ਨਹੀਂ ਨਹੀਂ ਜਿਹੜਾ ਸਮਾਨ ਤੁਸੀਂ ਭਾਜੀ ਭੇਜਣਾ ਖੋਤਾ ਹੀ ਹੈ ਨਾ ਖੋਤਾ ਹੀ ਭੇਜਣਾ ਜੀ। ਹੂੰ। ਬੰਦ ਕਰ ਬਗਵਾਸ ਆਪਣੀ ਚਮਲੇ ਜੀਏ ਉਹ ਯਾਰ ਤੂੰ ਖੋਤੇ ਦਾ ਨਾਮ ਲਿਆ ਤੇ ਉਹਨੂੰ ਤੇ ਜਿਹੜੀ ਉਹਦੇ ਸਾਹਮਣੇ ਗੱਲ ਕਰ ਲੋ ਉਹ ਹੀ ਬਣ ਜਾਂਦਾ ਉਹ ਨਾ ਜੀ ਬੱਚੇ ਦਾ ਇੱਥੇ ਦਿਲ ਲੱਗ ਗਿਆ ਖੋਤੇ ਨਾਲ ਉਹ ਸਾਰਾ ਦਿਨ ਉਹਦੇ ਨਾਲ ਖੇਲਦਾ ਖੁਲਦਾ ਸੀਗਾ ਉਹ ਜਿੱਲੇ ਵਾਪਸ ਅਮਰੀਕਾ ਗਏ ਉਹ ਉੱਥੇ ਹੁਣ ਨਾ ਬੱਚਾ ਹੋ ਗਿਆ ਵਿਚਾਰਾ ਬਿਮਾਰ ਉਹ ਇੱਕੋ ਹੀ ਗੱਲ ਕਹੀ ਜਾਂਦਾ ਮੈਂ ਉਹ ਖੋਤਾ ਲੈਣਾ ਮੈਂ ਉਹ ਖੋਤਾ ਲੈਣਾ ਉਹ ਮੇਰੇ ਭਰਾ ਨੇ ਫਿਰ ਮੈਨੂੰ مشਵਰਾ ਦਿੱਤਾ ਯਾਰ ਤੂੰ ਇਦਾਂ ਕਰ ਉਹ ਖੋਤਾ ਹੀ ਇੱਥੇ ਭੇਜ ਦੇ ਜਿੰਨੇ ਵੀ ਪੈਸੇ ਲੱਗਦੇ ਮੈਂ ਦੇ ਦਊਂਗਾ ਤੇ ਆਪਾਂ ਹੁਣ ਉਹ ਖੋਤਾ ਭੇਜਣਾ ਯਾਰ ਉਹ ਦਰਾਂ ਨਾ ਉਹ ਨਿਆਣਾ ਦਰ ਆਰੇ ਲੱਗ ਜਾਏਗਾ ਦਿਲ ਦਿਲ ਕਿਸੇ ਸ਼ਹਿਰਾਂ ਵੀ ਲੱਗ ਜਾਂਦਾ ਬੰਦੇ ਦਾ ਉਹ ਯਾਰ ਉਹਨੂੰ ਉੱਥੇ ਟੌਮਨ ਜਲੀ ਕਾਰਟੂਨ ਦਿਖਾਓ ਵੱਡੀ ਐਲਡੀ ਤੇ ਲਾ ਕੇ ਉਹਨੂੰ ਕੋਈ ਉਹ ਮੋਟੂ ਪਤਲੂ ਦਿਖਾਓ ਉਹਨੂੰ ਕੋਈ ਕਿਹੜੇ ਪਰੇ ਮੂੰਹ ਕਰ ਤੂੰ ਉਨੂੰ ਕਾਰਟਨ ਲਾ ਕੇ ਦਿਓ ਯਾਰ ਖੋਤੇ ਵਾਲਾ ਕਿਹੜਾ ਮਜ਼ਾਕ ਆ 18 ਘੰਟੇ ਦਾ ਸਫਰ ਅਮਰੀਕਾ ਦਾ ਜਹਾਜ਼ ਤੇ ਤੇ ਕੋਈ ਮਸਲਾ ਨਹੀਂ ਨਾਲ ਤੁਸੀਂ ਉਹਦੀ ਉਹਨੇ ਮਤਲਬ ਕਿ ਉਹਦੇ ਖਾਣ ਪੀਣ ਦਾ ਧਿਆਨ ਰੱਖਿਓ ਕਿਹਦਾ ਉਹਦਾ ਯਾਰੋ ਖੋਤਾ ਜਾ ਰਿਹਾ ਕਿ ਸਾਡਾ ਭਾਂਜਾ ਜਾ ਰਿਹਾ ਜਿਹਦਾ ਅਸੀਂ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ ਵਾ ਤੇ ਉਹਦੀ ਦੇਖਭਾਲ ਦਾ ਵੀ ਇੰਤਜ਼ਾਮ ਕਰਨਾ ਉਹ ਯਾਰ ਜਿੱਥੇ 에ਅਰ ਹੌਸਟੈਸ ਜਿਹੜੀ ਹੈ ਜਿੱਥੇ ਉਹ ਨਾ ਚਵਲੇ ਜੀ ਹੈਟਿੰਗ ਜਿੱਥੇ 에어 호ਸਟੈਸ ਬਾਕੀਆਂ ਨੂੰ ਉਹ ਡੱਬੇ ਜੇ ਖਾਣਾ ਜਿਆ ਦਿੰਦੀ ਐ ਹਾਂ ਤੇ ਨਾਲ ਉਹਨੂੰ ਵੀ ਦੇ ਜਾਈਗੀ ਕੋਈ ਯਾਰ ਇਨੇ ਇਨੇ ਮੂੰਹ ਆ ਜਿੰਨਾਂ ਨੂੰ ਉਹ ਦਿੰਦੀ ਐ ਹਾਂ ਹੈ ਹਾਂ ਜਿਹਦਾ ਮੂੰਹ ਹੀ ਐਡਾ ਆ ਉਹਨੂੰ ਕਿਵੇਂ ਖਾਣਾ ਦੇਗੀ ਉਹ ਯਾਰ ਪੱਟਿਆਂ ਤੋਂ ਇਲਾਵਾ ਨੇ ਕੁਝ ਕਾਣਾ ਉਹਨੂੰ ਦੋ ਦੇ ਦੇਵੇ ਡੱਬੇ ਲੈ ਦੋ ਡੱਬੇ ਦੇ ਦੇਵੇ ਆ ਲੈ ਆ ਆ ਇਹ ਛੋਟਾ ਖੋਤਾ ਹੀ ਇਹ ਜਣਾ ਛੋਟਾ ਖੋਤਾ ਹੀ ਓਹ ਹੋ ਰੋਪਿਆ ਯਾਰ ਬਸ ਬਸ ਮੈਨੂੰ ਦੁਰਮੜ ਸਾਈ ਮੈਨੂੰ ਪੁੱਤ ਗੱਲ ਕਰ ਲੈਣ ਦੇ ਮੈਨੂੰ ਜ਼ਰਾ ਉਹਦੀ ਵੀ ਸੁਣ ਲੈਣ ਦੇ ਉਹਨੇ ਵੇਖ ਨਾ ਮੈਨੂੰ ਦਫ਼ਤਰੋ ਬੁਲਾ ਕੇ ਮੈਂ ਉਹਨਾਂ ਦੀ ਨਜ਼ਰ ਚ ਵੀ ਅੱਲਾਹ ਦੀ ਨਜ਼ਰ ਚ ਵੀ ਗੰਦਿਆਂ ਹੋਇਆ ਹੈ ਕਿ ਮੈਨੂੰ ਬਾਹਰੋਂ ਬਾਹਰ ਡੀਲ ਕਰ ਰਿਆ ਤੇ ਅੱਗੇ ਉਹਨੇ ਖੋਤਾ ਪਾ ਲਿਆ ਤੇ ਤੂੰ ਤੇ ਆਪਣੀ ਬਕਵਾਸ ਜ਼ਰਾ ਬੰਦ ਰੱਖ ਉਹ ਭਾਈ ਖੋਤਾ ਕਿਵੇਂ ਜਾ ਚੜਾਵਾਂਗੇ ਉਹ ਜਿੱਦਾਂ ਬੰਦੇ ਚੜਦੇ ਆ ਮਤਲਬ ਕਿ ਪਹਿਲੇ ਉਹਦਾ ਬੋਰਡਿੰਗ ਹੋਏਗੀ ਹਾਂ ਹਾਂਜੀ ਉਹਦਾ ਜੇ ਉਹ ਬੋਰਡਿੰਗ ਕਰਨ ਲੱਗੇ ਆ ਉਹ ਪਿੱਛੋਂ ਸਾਮਾਨ ਆਪਣਾ ਸਿੱਟ ਦੇਵੇ ਸਮਾਨ ਉਹ ਤਾਂ ਉਹ ਸਿਟਨਾਏ ਸਿਟਨਾਏ ਦੀ ਜਿਹਨੇ ਹੈ ਉਹ ਉੱਥੇ ਹੈ ਕੋਈ ਉੱਥੇ ਝਾੜੂ ਵਾਲੇ ਹੁੰਦੇ ਹੀ ਆ ਨਾ ਵੇਪਰ ਮਾਰਨ ਦੇ ਹੁੰਦੇ 에ਰਪੋਰਟ ਦੇ ਅੱਛਾ ਉਹ ਵੇਪਰ ਵਾਲੇ ਇਹ ਇਹਦਾ ਸਮਾਨ ਇਕੱਠਾ ਕਰਨਗੇ ਤੈਨੂੰ ਪਤਾ ਕਿੰਨਾ ਨਿਜ਼ਾਮ ਗੰਦਾ ਹੁੰਦਾ ਆ ਲੈ ਔਰ ਕਹੋ ਉਹ ਵੀ ਕਹਿਣ ਦੇ ਮੈਂ ਵੀ ਜਾਣਾ ਮੈਂ ਵੀ ਜਾਣਾ ਨਾ ਤੂੰ ਲੈ ਲੈ ਅਮਰੀਕਾ ਦਾ ਕਿ ਖੋਤਾ ਲੈ ਜਾਣਾ ਉਹ ਤੈਨੂੰ ਵੀ ਭੇਜ ਦੇਾਂਗੇ ਬਕਵਾਸ ਆਪਣੀ ਬੰਦ ਕਰ ਲਾ ਮੈਂ ਗਿਆ ਦੁਰਮੜ ਖਾਂ ਇਨਸਾਨ ਬਣ ਪੁੱਤ ਉਹ ਭਾਈ ਨਹੀਂ ਨਾ ਜਾਣਾ ਖੋਤਾ ਜਹਾਜ਼ ਦੇ ਵਿੱਚ ਯਾਰ ਤੂੰ ਕਦੀ ਵੇਖਿਆ ਖੋਤਾ ਜਹਾਜ਼ ਚੜਿਆ ਹੋਵੇ ਹੈ ਜਦੋਂ ਖੋਤਾ ਜਹਾਜ਼ ਚੜਨਾ ਪਹਿਲੇ ਤੇ ਉਹਨੇ ਪੌੜੀਆਂ ਬੜੀਆਂ ਔਖੀਆਂ ਚੜਨੀਆਂ ਇੱਥੇ ਲੋਡਰ ਤੇ ਬੜਾ ਔਖਾ ਚੜਦਾ ਕੋਤਾ ਡਰਦਾ ਕਿ ਪਤਾ ਨਹੀਂ ਮੈਨੂੰ ਕੀ ਕਰਨ ਲੱਗੇ ਆ ਜਦੋਂ ਅਸੀਂ ਉਹਨੂੰ ਪੌੜੀਆਂ ਜਹਾਜ਼ ਦੀਆਂ ਚਾੜਾਂਗੇ ਹੈ ਅੰਦਰ ਉਹਨੂੰ ਵਾੜਾਂਗੇ ਤੇ ਉਹ ਜਾਣਦੇ ਯਾਰ ਤੈਨੂੰ ਪਤਾ ਹੀ ਨਹੀਂ ਹੈਗਾ ਕੀ ਨਿਜ਼ਾਮ ਹੋਣੇ ਮੈਂ ਕਈ ਵਾਰੀ ਜਹਾਜ਼ਾਂ 'ਚ ਸਫ਼ਰ ਕੀਤਾ ਹੈ ਮੈਂ ਜਹਾਜ਼ਾਂ 'ਚ ਕਈ ਵਾਰੀ ਖੋਤੇ ਆਪ ਦੇਖੇ ਨੇ ਜਿੱਲੇ ਉਹ 에ਰ 호ਸਟੈਸ ਵਿਚਾਰੀ ਉਹ ਫੜਨ ਆਉਂਦੀ ਨਾ ਵਾਪਸ ਆਪਣੀ ਟ੍ਰੇ ਹਾਂ ਤੇ ਪਰਸ ਦੇ ਵਿੱਚੋਂ ਬੜੇ ਆਰਾਮ ਨਾਲ ਆਪਣਾ ਕਾਰਡ ਕੱਢ ਕੇ ਨਾ ਤੇ ਟ੍ਰੇ 'ਚ ਰੱਖਣ ਡੇ ਹੁੰਦੇ ਆ ਮੈਂ ਖੋਤੇ ਦੇਖੇ ਕਈ ਮੈਂ ਕਈ ਖੋਤੇ ਦੇਖਿਆ ਕਿ ਪੂਰੇ ਸਫ਼ਰ ਦੇ ਵਿੱਚ ਉਹਨਾਂ ਦੀਆਂ ਅੱਖਾਂ 에ਰ 호ਸਟੈਸ ਤੋਂ ਬਾਹਰ ਨਹੀਂ ਆਉਂਦੀਆਂ ਮੈਂ ਬੜੇ ਬੜੇ ਖੋਤੇ ਦੇਖੇ ਆ ਉੱਥੇ ਸੀਟਾ ਮਗਰ ਲੜਨ ਡੇ ਹੁੰਦੇ ਆ ਫਜ਼ੂਲ ਲੜਨ ਡੇ ਹੁੰਦੇ ਕਈ ਖੋਤੇ ਮੈਂ ਦੇਖੇ ਉਹ ਭਾਜੀ ਇਦਾਂ ਦੇ ਖੋਤੇ ਹੁੰਦੇ ਨੇ ਉਹ ਕੋਆ ਚੌ ਲੱਤਾਂ ਵਾਲੇ ਖੋਤੇ ਨਹੀਂ ਹੁੰਦੇ ਇੰਜ ਦੇ ਖੋਤੇ ਆਹ ਲਓ ਠੀਕ ਹੈ ਇਹ ਤੁਸੀਂ ਖੋਤਾ ਜਿਹੜਾ ਭੇਜ ਰਹੇ ਨਾ ਉਹ ਬੈਕ ਵਾਲਾ ਹੈ ਉਹ ਬੈਕ ਲੱਤ ਮਾਰਦਾ ਹੈ ਫਰੰਟ ਲੱਤ ਮਾਰਦਾ ਹੈ ਉਹ ਤੁਸੀਂ ਇਹ ਖੋਤਿਆਂ ਦੀ ਗੱਲ ਕਰ ਰਹੇ ਆ ਕਿ ਜਿਹੜੇ 에어 ਹੋਸਟਲ ਨੂੰ ਤੰਗ ਕਰਦੇ ਨੇ ਓ ਪਾਜੀ ਖੋਤਾ ਤੁਹਾਡਾ ਕਿਸ ਤਰ੍ਹਾਂ ਹੁਣ ਜਹਾਜ਼ਿਓ ਉੱਡਣ ਲੱਗੇ ਉਹ ਕਹਿੰਦੇ ਆਪਣੇ ਆਪਣੇ ਬੈਲਟ ਬੰਨ ਲਓ ਹਾਂਜੀ ਤੇ ਤੁਹਾਡਾ ਖੋਤਾ ਸੀ ਕਿੱਥੇ ਬੰਨਾਂਗੇ ਯਾਰਾ ਦੇਖੋ ਆ ਬਹਿ ਗਿਆ ਐ ਥੱਲੇ ਲੀਆਂ ਲੱਤਾਂ ਨੇ ਉਤਲੀਆਂ ਲੱਤਾਂ ਇੰਜ ਕਰਕੇ ਅੱਛਾ ਤੇ ਉੱਥੇ ਕੋਈ ਵੀ ਨਾਲ ਦਾ ਜਿਹੜਾ ਬੰਦਾ ਹੈ ਜਾਂ ਤੁਸੀਂ ਆਪ ਉਹਦੇ ਇੱਥੇ ਸਮਾਨ ਦੇ ਉਤਲੇ ਪਾਸੇ ਉਹਦੇ ਬੈਲਟ ਬੰਨਦੇ ਹੋ ਯਾਨੀ ਕਿ ਜਿਹੜਾ ਉਹਦੇ ਝੋਲੀ 'ਚ ਸਮਾਨ ਪਿਆ ਹੋਣਾ ਉਹਦੇ ਉਤਲੇ ਪਾਸੇ ਬੈਲਟ ਬੰਨਦੇ ਹਾਂ ਉਹ ਪਾਜੀ ਸਮਾਨ ਹੁੰਦਾ ਹੀ ਨਹੀਂ ਇਹ ਉਹ ਜਿਹੜਾ ਸਮਾਨ ਆ ਉਹਦੇ ਉੱਤੇ ਨਹੀਂ ਬੈਲਟ ਬੱਜਣਾ ਪਾਜੀ ਓਏ ਐਡਾ ਤੇ ਉਹਦਾ ਟਿੱਡ ਹੋ ਜਾਣਾ ਵਾ ਜਦੋਂ ਉਹਨੇ ਬੈਣਾ ਵਾ ਤੇ ਟਿੱਡੋ ਦਾ ਫੇਰ ਹੋਰ ਨਿਕਲ ਆਉਣਾ ਤੇ ਉੱਥੇ ਕਿਦਾਂ ਬੈਲਟ ਬੱਜੇਗਾ ਯਾਰ ਯਾਰ ਉਹਦੇ ਵਿੱਚ ਤੂੰ ਦੇਖਿਆ ਨਹੀਂ ਅੱਜ ਤੱਕ ਜਹਾਜ਼ਾਂ 'ਚ ਐਡੇ ਐਡੇ ਬੈਠੇ ਹੁੰਦੇ ਟਿੱਡਾਂ ਵਾਲੇ ਉਹ ਭਾਜੀ ਐਡੇ ਐਡੇ ਟਿੱਡਾਂ ਵਾਲੇ ਬੈਠੇ ਹੁੰਦੇ ਨੇ ਲੇਕਿਨ ਉਹ ਨਿਜ਼ਾਮ ਨਹੀਂ ਹੁੰਦਾ ਸਮਾਨ ਹਾਂਜੀ ਹਟ ਜਾ ਕੀ ਮਸਲਾ ਹਟ ਜਾ ਹਟ ਜਾ ਉੱਥੇ ਯਾਰ ਪੀੜੀ ਤੇ ਜਾ ਯਾਰ ਥੋੜੀ ਗੱਲ ਕਰ ਲੈਂਦੇ ਯਾਰ ਸਾਨੂੰ ਕੰਮ ਦੀ ਆ ਲੈ ਵੜ ਗਿਆ ਲਾ ਬਸ ਬਸ ਮੇਰਾ ਪੁੱਤ ਮੈਂ ਅਬ ਨਹੀਂ ਉਹਨੇ ਰੁਆਇਆ ਉਹੀ ਚੁੱਪ ਕਰਾਏਗਾ ਭਾਈ ਓਏ ਓਏ ਓ ਯਾਰ ਵੇਚ ਬੱਕਰੇ ਵਾਲੀ ਤਬੀਅਤ ਵੀ ਹੋ ਜਾਂਦੀ ਆ ਬਸ ਕਰ ਦੇ ਬਸ ਪੁੱਤ ਬਸ ਬਸ ਯਾਰ ਮੈਂ ਤੁਹਾਡੇ ਨਾਲ ਗੱਲ ਕਰਨਾ ਆਇਆ ਤੂੰ ਸੇ ਨੂੰ ਘਰ ਛੱਡ ਕੇ ਆਉਂਦੇ ਆਂ ਓ ਯਾਰ ਇਹਨੂੰ ਮੈਂ ਕਿਵੇਂ ਘਰ ਛੱਡ ਕੇ ਆਵਾਂ ਤੂੰ ਅਗਿਓ ਖੋਤਾ ਖੋਲ ਲਿਆ ਤੂੰ ਮੈਨੂੰ ਦੱਸ ਕੇ ਜਾਜ ਦੇ ਵਿੱਚ ਤੇਰਾ ਖੋਤਾ ਲਿੱਦ ਕਰ ਦਵੇ ਇਹ ਹੋਸਟਲ ਕਿੱਥੋਂ ਫੱਟੀਆਂ ਲੱਭਦੀ ਫਿਰੇ ਨਹੀਂ ਨਹੀਂ ਉਹ ਤੁਸੀਂ ਪੈਂਪਰ ਲਾ ਲੈਣਾ ਓ ਯਾਰ ਪੈਂਪਰ ਕੀ ਗੱਲ ਆ ਖੋਤਾ ਭੇਜਣ ਲੱਗਾ ਕਿ ਕੋ ਅੱਲਾ ਰਹਿਮ ਕਰੇ ਤੂੰ ਕੋਈ ਭਤੀਜਾ ਭੇਜਣ ਲੱਗਾ ਆਪਣਾ ਪੈਂਪਰ ਲਾ ਲੈਣਾ ਬੜਾ 6 ਮਹੀਨਿਆਂ ਦਾ ਖੋਤਾ ਜਿਹਨੂੰ ਪੈਂਪਰ ਲਾ ਦੀਏ 100 ਕਿਲੋ ਦਾ ਖੋਤਾ ਦੱਸਣ ਦੇ ਆ ਤੂੰ ਕਿੰਨੇ ਪੈਸੇ ਬਣਦੇ 300 ਦੇ ਹਿਸਾਬ ਨਾਲ ਕਾਦੇ ਖੋਤੇ ਦੇ ਓਏ ਕੋਈ ਨਹੀਂ ਤੂੰ 200 ਰੁਪਏ ਰਾਤ ਨਹੀਂ ਕੀਤੀ ਉਹ ਯਾਰ 200 ਰੁਪਏ ਤੇਰੀ ਰਾਤ ਕੀਤੀ ਤੇਰ ਖੋਤੇ ਵਾਸਤੇ ਕੀਤੀ ਐ ਕਿ ਤੇਰਾ ਖੋਤਾ ਬਾਹਰ ਭੇਜਦੀ ਏ ਤੇ ਤੁਸੀਂ ਸਮਾਨ ਭੇਜਦੇ ਨਹੀਂ ਹੈ ਸਮਾਨ ਉਹ ਯਾਰ ਅਸੀਂ ਸਮਾਨ ਭੇਜਦੇ ਆ ਖੋਤਾ ਨਹੀਂ ਭੇਜਦੇ ਤੇ ਉਹ ਵੀ ਤਾਂ ਸਮਾਨ ਹੀ ਆ ਉਹ ਤੈਨੂੰ ਪਤਾ ਨਹੀਂ ਕਿੰਨਾ ਸਮਾਨ ਹੁੰਦਾ ਹੈ ਤੇਰਾ ਤਾਂ ਪਤਾ ਨਹੀਂ ਦਿਮਾਗ ਹੀ ਖੋਤੇ ਵਾਲਾ ਹੋ ਗਿਆ ਯਾਰ ਕੁਝ ਸੁਣਿਆ ਤੂੰ ਅਮਰੀਕਾ ਖੋਤਾ ਭੇਜਣਾ ਉਹ ਕਿਵੇਂ ਸਾਰੀ ਉਹ ਜਿਹੜੇ ਲੋਕ ਬਰਦਾਸ਼ਤ ਕਰਨਗੇ ਯਾਰ 18 ਘੰਟੇ ਖੋਤੇ ਨੂੰ ਕਿਦਾਂ ਬਰਦਾਸ਼ਤ ਕਰਨਗੇ ਲੈ ਇੰਜ ਕਰਕੇ ਬਾ ਦਿਓ ਉਹ ਜਦੋਂ ਖੋਤੇ ਨੇ ਬੋਲਣਾ ਜਹਾਜ਼ ਦੇ ਵਿੱਚ ਆ ਆ ਆ ਕੀ ਸਮਝਣਗੇ ਉਥੇ ਕਈ ਬੋਲਣ ਇਦਾਂ ਬੋਲਣ ਡੇ ਹੁੰਦੇ ਆ ਜਹਾਜ਼ ਦੇ ਵਿੱਚ ਵੀ ਨਾ ਤੇ ਕਈ ਬੰਦੇ ਮੈਂ ਦੇਖਿਆ ਗੱਲ ਬੰਦਾ ਫੋਨ ਤੇ ਕਰਦਾ ਨਾ ਕਿ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਜੀ ਮੈਂ ਉੱਥੇ ਜਹਾਜ਼ 'ਚ ਵੀ ਵੇਖਿਆ ਕਈ ਗੱਲ ਕਰਨ ਡਿਆ ਹੁੰਦੇ ਕੀ ਹਾਲ ਆ ਠੀਕ ਆ ਮਤਲਬ ਕਿ ਪੂਰਾ ਜਹਾਜ਼ ਡਿਸਟਰਬ ਹੋ ਰਿਹਾ ਹੁੰਦਾ ਇੱਕ ਬੰਦੇ ਦੀ ਕਾਲ ਤੋਂ ਬਾਜੀ ਉਹ ਤੇ ਗੱਲਾਂ ਕਰ ਰਹਾ ਕਿ ਕੀ ਹਾਲ ਆ ਕਿੱਦਾਂ ਆ ਮੈਂ ਪਹੁੰਚ ਕੇ ਕਰਦਾ ਫੋਨ ਉਹ ਤੇ ਇਹ ਗੱਲਾਂ ਕਰ ਰਹੇ ਨੇ ਤੇ ਖੋਤਾ ਕਿਹੜੀ ਟਿਊਨ 'ਚ ਬੋਲਦਾ ਆ ਆ ਆ ਉਹ ਦਿਲ ਕਰੇ ਕਹਿਣ ਕਿ ਜਹਾਜ਼ ਸਾਈਡ ਤੇ ਲਾਓ ਜੀ ਪਿਛਲਾ ਜਹਾਏ ਅੱਗੇ ਨੰਗਣ ਦਿਓ ਪਤਾ ਨਹੀਂ ਉਹਦੇ ਹਾਰਨ ਵੱਜਣ ਦਾ ਆ ਲੈ ਇਹ ਹੈ ਕਿ ਉਹਨੂੰ ਪਾਣੀ ਪੋਣੇ ਦੀ ਪਿਆਸ ਪੂਸ ਲੱਗੇ ਤੇ 2 ਮਿੰਟ ਇਹ ਆ ਕੇ ਕਿਤੇ ਹੋਸਟਲਸ ਨੂੰ ਕਹਿ ਕੇ ਰਕਾ ਕੇ ਸਾਈਡ ਤੇ ਲਾ ਕੇ ਜਾਇ ਤੈਨੂੰ ਕੇਸ ਕੰਜਰ ਨੇ ਕਿਹਾ ਕਿ ਮੋਟਰਵੇ ਥਾਣੀ ਜਾਣਾ ਹੈ ਜਾਂ ਸੜਕੋ ਸੜਕੀ ਜਾਏ ਨੇ ਜਾਣਾ ਕਿੱਥੋਂ ਜਾਇ ਨੂੰ ਇਹਨੂੰ ਖੋਤੇ ਨੂੰ ਪਾਣੀ ਪਿਆਉਣ ਵਾਸਤੇ ਬਾਲਟੀ ਕਿੱਥੋਂ ਲੱਭਣਗੇ ਹੈ ਨਹੀਂ ਜਿੱਦਾਂ ਆਪਾਂ ਹੁਣ ਸ਼ਾਹਕੋਟ ਜਾਣੇ ਆ ਮੈਂ ਲਾਹੌਰ ਨੂੰ ਜਾਣੇ ਆ ਰਾਤ ਸ਼ਾਹਕੋਟ ਹੁੰਦਾ ਹੈ ਬੰਦਾ ਉੱਤਰ ਕੇ ਕਹਿ ਨਹੀਂ ਦਿੰਦਾ ਕਿ ਯਾਰ 2 ਮਿੰਟ ਬੰਦਾ ਬਾਥਰੂਮ ਵੀ ਹੋਇਆ ਵੇ ਕੁਲਫੀ ਵੀ ਖਾ ਲਵੇ ਦਈ ਪੱਲੇ ਚਲੋ ਫਿਰ ਮੈਂ ਉਹ ਜਾ 에어 ਹੋਸਟਲ ਨੂੰ ਕਹਿ ਦਿਆਂਗਾ ਉਹਨੂੰ ਜਹਾਜ਼ ਵਾਲੇ ਨੂੰ ਕਹਿੰਦਾ ਜਿਹੜਾ ਜਹਾਜ਼ ਚਲਾਉਂਦਾ ਹਾਈ ਜੈਕਰ ਉਹਨੂੰ ਮੈਂ ਕਵਾਂਗਾ ਕਿ ਦੁਬਈ ਜ਼ਰਾ ਖਲਾਰ ਕੇ ਨਾ ਤੇ ਖੋਤੇ ਨੂੰ ਪਾਣੀ ਪਿਆ ਲਈ ਬੜਾ ਪਾਣੀ ਆਇਆ ਉੱਥੇ ਹੈ ਉਹਨੂੰ ਸਲਾਬ ਦਾ ਪਾਣੀ ਪਿਆ ਦੇ ਕਿਤੇ ਰੋਕ ਕੇ ਉਹ ਤੈਨੂੰ ਪਤਾ ਕਿੰਡੀ ਫੁੱਟ ਬਲੰਦੀ ਤੇ ਹੁੰਦਾ ਜਹਾਜ਼ ਓ ਫਰਾਂਦੇ ਜ਼ੋਰ ਕੱਟ ਲਾ ਪਿੱਛੋਂ ਤੇਰੀ ਸ਼ਲਵਾਰ ਪਾਟੀ ਹੈ ਭਾਈ ਜਾਨ ਬਸ ਸੋ ਸੋ ਸਹੀ ਕਰਨੇ ਚ ਬਣੇ ਜੀ ਤੈਨੂੰ ਐਕਟਿੰਗ ਚੜੀ ਹੈ ਹਾਂਜੀ ਐ ਲੋ ਸਾਈ ਜੀ ਨਹੀਂ ਹੁਣ ਨਹੀਂ ਉੱਠਦਾ ਸਮਝਾਤਾ ਕੀ ਹੋਇਆ ਹੁਣ ਪਾਜੀ ਖੋਤੇ ਨਹੀਂ ਜਾਂਦੇ ਸਮਝ ਲੱਗੀ ਆ ਕਿ ਨਹੀਂ ਤਹਾਡੀ ਮਿਹਰਬਾਨੀ ਆ ਲੋਕੀ ਸਵਾਰੀਆਂ ਚੜ੍ਹਦੀਆਂ ਉਹਨਾਂ ਦੇ ਨਾਲ ਬੈਗ ਹੁੰਦੇ ਨੇ ਹਾਂਜੀ ਹਾਂਜੀ ਕੋਈ ਹੈਂਡ ਬੈਗ ਹੁੰਦਾ ਕੋਈ ਬੈਗ ਬੈਗ ਹੁੰਦਾ ਕੋਈ ਉਹਨਾਂ ਸਾਮਾਨ ਉਹ ਕੋਈ ਜਾਚ ਰੱਖ ਦਿੰਦੇ ਇਹਦੇ ਹੁਣ ਪੱਠੇ ਮੈਂ ਕਿਹਦੇ ਹਵਾਲੇ ਕਰਕੇ ਆਵਾਂ ਉਹ ਜਿੱਥੇ ਡਰਾ ਖੁੱਲਦੇ ਨਾ ਉੱਤੇ ਜਹਾਜ਼ ਦੇ ਜਿਹਦੇ ਵਿੱਚ ਬੈਗ ਰੱਖੀਦੇ ਆ ਉਥੇ ਹੀ ਇਹਦਾ ਵੀ ਆਪਾਂ ਪੰਡ ਰੱਖਦੇ ਨਹੀਂ ਬਹੁਤੀ ਗੱਲ ਪੰਡ ਦਰ ਸਾਫ਼ ਸੁਥਰੀ ਸੋਹਣਾ ਨਵਾਂ ਕੱਪੜਾ ਲੈ ਕੇ ਉਹਦੇ ਵਿੱਚ ਪੱਠੇ ਕੁੱਤਰ ਕੇ ਤੇ ਪਾ ਦਿਓ ਉਥੇ ਓਏ ਪੱਠੇ ਘਟ ਖਾਂਦਾ ਓਏ ਬਹੁਤਾ ਤੂੜੀ ਦਾਣੇ ਖਾਂਦੇ ਨੇ ਉਹ ਫੱਕ ਖਾਂਦੇ ਆ ਖੋਤੇ ਉਹ ਦੱਸਦਾ ਨਹੀਂ ਖੋਤੇ ਹੱਥ ਖਾਂਦੇ ਨੇ ਮੈਂ ਤੈਨੂੰ ਅੱਗੇ ਵੀ ਕਹਿ ਕੇ ਟਿਆ ਪਿੱਛੇ ਸ਼ਲਵਾਰ ਕਾਟੀ ਜਾ ਮੇਰਾ ਵੀਰ ਯਾਰ ਤੂੰ ਤੇ ਮੇਰਾ ਵੀ ਉਹਨਾਂ ਦਾ ਵੀ ਮੈਂ ਨੁਕਸਾਨ ਕੀਤਾ ਗਰੀਬਾਂ ਦਾ ਜਿਨ੍ਹਾਂ ਨੂੰ ਤੂੰ 500 ਰੁਪਏ ਕਹਿਣ ਨੇ ਸੀ ਮੈਂ ਤੇ ਤੈਨੂੰ ਐਵੇਂ ਹੀ ਇੱਥੇ ਬੁਲਾ ਕੇ ਤੇਰੇ ਨਾਲ ਤੂੰ ਖੋਤਾ ਭੇਜਣਾ ਉਹ ਖੋਤੇ ਕਦੀ ਜ਼ਿੰਦਗੀ ਦੇ ਵਿੱਚ ਗਿਆ ਯਾਰ ਬਾਰ ਅੱਛਾ ਹਾਂ ਮੈਂ ਤੈਨੂੰ ਗੱਲ ਦੱਸਾਂ ਹਾਂ ਸਮਾਨ ਮੈਂ ਸਹੀ ਭੇਜਣਾ ਸੀ ਸਮਾਨ ਮੈਂ ਬਿਲਕੁਲ ਸਹੀ ਭੇਜਣਾ ਸੀਗਾ ਹਾਂ ਉੱਥੇ ਮੇਰੇ ਦੋ ਭਾਈ ਰਹਿੰਦੇ ਆ ਉਹਨਾਂ ਦੇ ਬੱਚਿਆਂ ਦੇ ਮੈਂ ਕੱਪੜੇ ਭੇਜਣੇ ਸੀਗੇ ਹੋਰ ਜ਼ਰੂਰਤ ਦਾ ਉਹਨਾਂ ਦਾ ਸਮਾਨ ਉੱਥੇ ਮੈਂ ਭੇਜਣਾ ਸੀਗਾ ਲੇਕਿਨ ਜ਼ਿਲ੍ਹੇ ਤੋਂ ਮੈਨੂੰ ਫੋਨ ਤੇ ਕਿਹਾ ਨਾ ਕਿ ਮੈਂ ਜਨਾਬ ਬਾਹਰ ਆ ਜਾਓ ਤੁਸੀਂ ਬਾਰੋ-ਬਾਰ ਤੁਹਾਡੇ ਨਾਲ ਮੈਂ ਮਿਲ ਜਣਾ ਉਦੋਂ ਫਿਰ ਮੈਂ ਸੋਚਿਆ ਕਿ ਤੇਰੇ ਵਰਗੇ ਬੰਦੇ ਨਾਲ ਨਾ ਜਿਹੜਾ ਤੇਰੇ ਵਰਗਾ ਹਰਾਮਖਾਨ ਵਾਲਾ ਬੰਦਾ ਆ ਉਹਦੇ ਨਾਲ ਐ ਹੀ ਹੋਣਾ ਚਾਹੀਦਾ ਹੈ ਜੋ ਮੈਂ ਆ ਕੇ ਕੀਤਾ ਆ ਉਹਨਾਂ ਨੇ ਜਿਨ੍ਹਾਂ ਨੇ ਪੂਰੀ ਦੁਕਾਨ ਦਾ ਉੱਥੇ ਕੋਈ ਲੱਖ 2 ਲੱਖ ਰੁਪਏ ਕਰਾਇਆ ਭਰਦੇ ਆ ਜਿਹੜੇ ਤੈਨੂੰ ਤਨਖਾਹ ਦਿੰਦੇ ਆ ਜਿਨ੍ਹਾਂ ਨੇ ਉੱਥੇ ਮੁਲਾਜ਼ਮ ਰੱਖੇ ਆ ਜਿਨ੍ਹਾਂ ਦੇ ਪੈਸਿਆਂ ਦੇ ਚੱਲਦੇ ਏਸੀ 'ਚ ਤੂੰ ਬਹਿਣਾ ਆ ਉਹਨਾਂ ਨੂੰ ਹੀ ਮਾਰ ਦੇ ਰਹੇ ਆ ਮਤਲਬ ਕਿ ਉਹਨਾਂ ਨੂੰ ਡੰਗ ਮਾਰ ਰਹੇ ਆ ਤੇ ਉਹਨਾਂ ਨੂੰ ਕਿੰਨਾ ਏਤਮਾਦ ਹੋਣਾ ਤੇਰੇ ਤੇ ਕਿ ਸਾਡਾ ਜੀ ਮੁਲਾਜ਼ਮ ਆ ਅਸੀਂ ਮੁਲਾਜ਼ਮ ਰੱਖਿਆ ਜੀ ਇਹ ਸਾਡਾ ਪੁਰਾਣਾ ਬੰਦਾ ਆ ਇਹ ਸਾਨੂੰ ਪੈਸੇ ਕਮਾ ਕੇ ਦਿੰਦਾ ਹੋਊਗਾ ਉਹਨਾਂ ਦੇ ਅਤਮਾਦ ਨੂੰ ਤੂੰ ਕਿੰਨੀ ਠੇਸ ਪਹਚਾਈ ਹੈ ਉਹ ਵਿਚਾਰੇ ਇਸ ਟਾਈਮ ਦਫ਼ਤਰ ਬਹਿ ਕੇ ਪੂਰੇ ਯਕੀਨ ਨਾਲ ਬੈਠੇ ਹੈ ਤੂੰ ਕੋਈ ਨਾ ਕੋਈ ਬਹਾਨਾ ਉਹਨਾਂ ਨੂੰ ਲਾਇਆ ਹੋਣਾ ਕਿ ਮੇਰੇ ਘਰ ਆਹ ਕੰਮ ਆ ਤੇ ਮੇਰੇ ਘਰ ਆਹ ਕੰਮ ਆ ਉਹ ਭਾਜੀ ਜਾਓ ਐਡਾ ਨਾ ਤੁਸੀਂ ਸਾਨੂੰ ਤਹੀਦ ਬੰਨੋ ਤੁਹਾਡੇ ਫੋਨ ਤੇ ਹੀ ਮੈਂ ਕਿਹਾ ਤੁਸੀਂ ਮੈਨੂੰ ਕਿਹਾ ਕਿ 500 ਰੁਪਏ ਲਵਾ ਮੈਂ ਤੇ ਤੁਹਾਡਾ ਫਾਇਦਾ ਕੀਤਾ ਕਿ ਭਾਜੀ ਤੁਹਾਨੂੰ 200 ਰੁਪਏ ਕਟਾ ਦੇਾਂਗੇ ਮੈਂ ਤੁਹਾਡੇ ਕੋ ਕੋਈ ਚੋ ਲੈਣ ਨੇ ਕੁਛ ਹੈ ਹਾਂ ਤੁਹਾਨੂੰ ਲੋਕਾਂ ਨੂੰ ਹਰਾਮ ਖਾਣ ਲੱਗਿਆਂ ਵੇ ਤੇ ਸ਼ਰਮ ਤਾਂ ਨਹੀਂ ਆਉਂਦੀ ਉਹ ਭਾਈ ਹਰਾਮ ਜਿਹੜੇ ਖਾਂਦੇ ਨੇ ਉਹਨਾਂ ਦੇ ਪਿੰਡੇ ਵੀ ਢੇੜੇ ਢੇੜੇ ਹੁੰਦੇ ਨੇ ਹਾਂ ਪਿੰਡੇ ਵੀ ਤਾਂ ਢੇੜੇ ਢੇੜੇ ਹੁੰਦੇ ਆ ਮਤਲਬ ਕਿ ਤੁਸੀਂ ਕੋਈ ਆਪਣੇ ਮਾਲਕ ਨਾਲ ਤਾਂ ਵਫਾਦਾਰੀ ਕਰੋ ਜਿਹਦੇ ਤੁਸੀਂ ਮੁਲਾਜ਼ਮ ਆ ਜਿਨੇ ਤੁਹਾਡੇ ਰਜ਼ਕ ਦਾ ਬੰਦੋਬਸ ਕੀਤਾ ਹੈ ਉਹਦੇ ਨਾਲ ਤਾਂ ਵਫਾਦਾਰੀ ਕਰੋ ਕੈਸਾ ਤੂੰ ਆਦਮੀ ਤੂੰ ਤੂੰ ਬਿਆਨ ਫੜੇ ਦੀ ਲੰਤ ਪਾੜਦੇ ਦੀ ਫੜ ਫੜ ਇਹਨੂੰ ਐਡਾ ਕਿਤੇ ਆ ਗਿਆ ਸਾਨੂੰ ਸਗਾਉਣ ਵਾਸਤੇ ਕੇ ਇੰਜ ਤੇ ਅੰਜ ਤਸੀ ਇੰਜ ਕਰ ਲੋ ਮੈਂ ਤਾਂ ਤੁਹਾਡਾ ਫਾਇਦਾ ਤੇ ਮੈਂ ਚਮਾਨ ਹੋਰ ਭੇਜਣਾ ਸੀ ਖੋਤਾ ਬਾਹਰ ਭੇਜਣ ਲੱਗਾ ਖੋਤੇ ਜਾਂਦੇ ਬਾਹਰ ਆਪਣੀ ਵੀ ਕਿਤੇ ਟਿਕਟ ਕਰਾ ਲਾ ਤੂੰ ਹੁਣ ਕਿੱਧਰ ਆਣ ਨੇ ਮੈਂ ਲਿੱਤਰ ਬੜੇ ਮਾਰਨੇ ਆ ਤੇਰੇ ਤੇ ਬਰ ਦਫਾ ਦਫਾ